ਵੇਖੋ ਅੱਜ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ ਚ ਆਪਣਾ ਚੱਲ ਰਿਹਾ ਵਾ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਆਂ ਔਰ ਸਾਨੂੰ ਆਸਾ ਜਿਸ ਹੱਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਵਾ ਔਰ ਮੋਰਚਾ ਆਪਣੀਆਂ ਬੁਲੰਦੀਆਂ ਨੂੰ ਛੂਰਿਆ ਵਾ ਸਰਕਾਰ ਲੱਖ ਕੋਸ਼ਿਸ਼ਾਂ ਵੀ ਕਰ ਲਵੇ ਜਿਸ ਕਿਸਮ ਦਾ ਮਰਜੀ ਦੁਸ਼ ਪ੍ਰਚਾਰ ਕੇਂਦਰ ਦੀ ਸਰਕਾਰ ਕਰ ਲਵੇ ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਆ ਵੀ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੇ ਆ ਵੀ ਕਾਲ ਦਿੱਤੀ ਗਈ ਤੁਹਾਡੇ ਵੱਲੋਂ ਕੱਲ ਦੀ ਜਿਹੜੀ ਜਿੱਲੇ ਤੇ ਬਸਾਂ ਰਹੀ ਟ੍ਰੇਨਾਂ ਰਹੀ ਜਾਂਦੀ ਦੇਖੋ ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟ੍ਰੋਲੀਆਂ ਰਹੀਂ ਜਾ ਨਹੀਂ ਸਕਦੇ ਸਰਕਾਰ ਕਹਿੰਦੀ ਆ ਵੀ ਟਰੈਕਟਰ ਟੋਲੀਆਂ ਤੋਂ ਬਗੈਰ ਆਜੋ ਉਹਨਾਂ ਦੀ ਸਥਿਤੀ ਇਹੋ ਜੀ ਹੈਗੀ ਆ ਵੀ ਜਾਂ ਤਾਂ ਉਹ ਰੇਲਾ ਰਾਈ ਆਉਣਗੇ ਜਾਂ ਬਾਸ ਆਊਗੀ ਜਾਂ ਪੈਦਲ ਵੀ ਆ ਸਕਦੇ ਆ ਤਾਂ ਉਹ ਜਾਣਗੇ ਜੰਤਰ ਮੰਤਰ ਤੇ ਸਾਡਾ ਲਾਨ ਆ ਗਿਆ ਜੇ ਵਾਕਿਆ ਕੇਂਦਰ ਸੱਚਾ ਵਾ ਤੇ ਮੋਦੀ ਸਰਕਾਰ ਬਿਆਨ ਦੇਵੇ ਵੀ ਕੋਈ ਨਹੀਂ ਜਿਹੜੇ ਬਗੈਰ ਮੱਲਾ ਟਰੈਕਟਰ ਟਰਾਲੀਆਂ ਤੋਂ ਹੋਰ ਨਾ ਸੂਬਿਆਂ ਤੋਂ ਕਿਸਾਨ ਆਉਣਗੇ ਤੋ ਉਹਨਾਂ ਨੂੰ ਜਿਹੜਾ ਅਸੀਂ ਯੰਤਰਮੰਤਰ ਤੇ ਧਰਨਾ ਲਗਣ ਦਿਆਂਗੇ ਜਿਹੜੇ ਸਾਡੇ ਮੋਰਚੇ ਚੱਲ ਰਹੇ ਉਹ ਇੱਥੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਸੀਂ ਓਨੀ ਦੇਰ ਤੱਕ ਇਹਨਾਂ ਮੋਰਚਿਆਂ 'ਤੇ ਡਟਾਂਗੇ ਜਦੋਂ ਤੱਕ ਕੇਂਦਰ ਰਾਹ ਨਹੀਂ ਖੋਲ ਦਿੰਦਾ ਹੈਗਾ ਅੱਜ ਸਰ ਇੱਕ ਹੋਰ ਹਿੰਦੀ ਚੁੱਕੀ ਆ ਅ ਅੱਜ ਅੱਜ ਹਮ ਗੁਰੂ ਰਾਮਦਾਸ ਕੀ ਪਾਵਨ ਧਰਤੀ ਪਰ ਸ੍ਰੀ ਦਰਬਾਰ ਸਾਹਿਬ ਨਸਤਮਸਤਕ ਹੋਣੇ ਆਏ ਹੈ ਜੋ ਹਮਾਰਾ ਮੋਰਚਾ ਦੇਸ਼ ਕੇ ਕਿਸਾਨ ਮਜ਼ਦੂਰ ਕਾ ਆਪਣੀ ਮੰਗੋ ਕੇ ਲੈ ਕੇ ਚੱਲ ਰਹਾ ਹੈ ਜਿਸ ਕਾ 22ਵਾਂ ਦਿਨ ਹੈ हम गुरु के सामने अरदास मोर्चे की चढ़दी कला की करेंगे और इसलिए और मोदी सरकार को भगवान सदबुद्धि दे इसकी भी अरदास करेंगे तो किसान मजदूर की मांगे जो प्रवान कर लें हाँ देखिए हम तो गुरु महाराज से यही कहेंगे कि मोदी सरकार को सदबुद्धि हो वो किसान मजदूर की मांगों को मान ले कॉर्पोरेट घरानों के पीछे जाने की बजाय किसान मजदूर से यह देश चलता है और किसान मजदूर की मांगों को प्रवान करके जितनी जल्दी हो सके मोर्चे का निपटारा करें हम तो यही आशा करेंगे नहीं तो इस देश का जो लोकतांत्रिक ढांचा उसको बहाल करें हमारे देश की राजधानी है मैं वहां जाकर पीसफुल आंदोलन करने का अधिकार दे देखो आज आपा दरबार साहब ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ ਚ ਆਪਣਾ ਚੱਲ ਰਿਹਾ ਵਾ ਉਹਦੀ ਚੜ੍ਹ ਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਆਂ ਔਰ ਸਾਨੂੰ ਆਸਾ ਜਿਸ ਹੱਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਵਾ ਔਰ ਮੋਰਚਾ ਆਪਣੀਆਂ ਬੁਲੰਦੀਆਂ ਨੂੰ ਛੂ ਰਿਹਾ ਵਾ ਸਰਕਾਰ ਲੱਖ ਕੋਸ਼ਿਸ਼ਾਂ ਵੀ ਕਰ ਲਵੇ ਜਿਸ ਕਿਸਮ ਦਾ ਮਰਜੀ ਦੁਸ਼ ਪ੍ਰਚਾਰ ਕੇਂਦਰ ਦੀ ਸਰਕਾਰ ਕਰ ਲਵੇ ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਆਂ ਵੀ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੇ ਆ। ਇਹ ਕਾਲ ਦਿੱਤੀ ਗਈ ਤੁਹਾਡੇ ਵੱਲੋਂ ਕੱਲ ਦੀ ਜਿਹੜੀ ਜਿੱਲੀ ਤੇ ਬੱਸਾਂ ਰਹੀ ਟ੍ਰੇਨਾਂ ਰਹੀ ਜਾਂਦੀ। ਦੇਖੋ ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟ੍ਰੋਲੀਆਂ ਰਹੀ ਜਾ ਨਹੀਂ ਸਕਦੇ ਸਰਕਾਰ ਕਹਿੰਦੀ ਆ ਵੀ ਟਰੈਕਟਰ ਟੋਲੀਆਂ ਤੋਂ ਬਗੈਰ ਆਜੋ। ਉਹ ਉਹਨਾਂ ਦੀ ਸਥਿਤੀ ਇਹੋ ਜੀ ਹੈਗੀ ਆ ਵੀ ਜਾਂ ਤਾਂ ਉਹ ਰੇਲਾਂ ਰਹੀ ਆਉਣਗੇ ਜਾਂ ਬਾਸ ਹੋਊਗੀ ਜਾਂ ਪੈਦਲ ਵੀ ਆ ਸਕਦੇ ਆ। ਤਾਂ ਉਹ ਜਾਣਗੇ ਜੰਤਰ ਮੰਤਰ ਤੇ ਸਾਡਾ ਲਾਨ ਆ ਗਿਆ ਜੇ ਵਾਕਿਆ ਕੇਂਦਰ ਸੱਚਾ ਵਾ ਤੇ ਮੋਦੀ ਸਰਕਾਰ ਬਿਆਨ ਦਵੇ ਵੀ ਕੋਈ ਨਹੀਂ ਜਿਹੜੇ ਬਗੈਰ ਮੱਲਾ ਟਰੈਕਟਰ ਟਰਾਲੀਆਂ ਤੋਂ ਹੋਰ ਨਾ ਸੂਬਿਆਂ ਤੋਂ ਕਿਸਾਨ ਆਉਣਗੇ ਤੇ ਉਹਨਾਂ ਨੂੰ ਜਿਹੜਾ ਅਸੀਂ ਜੰਤਰ ਮੰਤਰ ਤੇ ਧਰਨਾ ਲਗਣ ਦਿਆਂਗੇ ਜਿਹੜੇ ਸਾਡੇ ਮੋਰਚੇ ਚੱਲ ਰਹੇ ਉਹ ਇੱਥੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਸੀਂ ਓਨੀ ਦੇਰ ਤੱਕ ਇਹਨਾਂ ਮੋਰਚਿਆਂ 'ਚ ਡਟਾਂਗੇ ਜਦੋਂ ਤੱਕ ਕੇਂਦਰ ਰਾਹ ਨਹੀਂ ਖੋਲ ਦਿੰਦਾ ਹੈਗਾ ਅੱਜ ਸਰ ਇੱਕ ਹੋਰ ਹਿੰਦੀ ਚੁੱਕੀ ਆ ਅ ਅੱਜ आज हम गुरु रामदास की पावन धरती पर श्री दरबार साहब नतमस्तक होने आए हैं जो हमारा मोर्चा देश के किसान मजदूर का अपनी मांगों को लेकर चल रहा है जिसका बाईसवा दिन है हम गुरु के सामने अरदास मोर्चे की चढ़दी कला की करेंगे और इसलिए और मोदी सरकार को भगवान सदबुद्धि दे इसकी भी अरदास करेंगे तो किसान मजदूर की मांगे जो प्रवान कर लें हाँ देखिए हम तो गुरु महाराज से यही कहेंगे कि मोदी सरकार को सद्बुद्धि हो वो किसान मजदूर की मांगों को मान ले कारपोरेट घरानों के पीछे जाने की बजाय किसान मजदूर से ये देश चलता है और किसान मजदूर की मांगों को प्रवान करके जितनी जल्दी हो सकते मोर्चे का निपटारा करें हम तो यही आशा करेंगे नहीं तो इस देश का जो लोकतांत्रिक ढांचा उसको बहाल करे हमारे देश की राजधानी है हमें वहां जाके पीसफुली आंदोलन करने का अधिकार दे